सर्कल प्लान ते कोआर्डीनेटर असी ऐलान किए ने। खन्ने का कोई हाले हल्का चार्ज ना होने करके मैं जे कोर कमेटी मैंबर ते सीनियर वाइस प्रेजिडेंट होने के नाते ये मैं अज ऐलान किया जो पार्टी ने मैं हुक्म लाया सी सुखबीर सिंह बादल उन्होंने और असी सारिया की सलाह ना बड़े वधिया तरीके दे नाल कोशिश की जिहड़े पार्टी के काम कर रहे थे चाहवान से उन्होंने सारे असी ये अहुदे दिते ने। जिहड़ा हल्का इंचार्ज है वह हाले इत्थे असी ला नहीं रहे म्यूनसिपल कमेटी दीआं जिहड़ीआं चोणां हुण आ रहीआं ने वधिया कारगुजारी जिन्हां दी होऊगी पार्टी दे वधिया तरीके नाल चलणगे पार्टी दे नाल वधिया वफादारी दे तौर दे उत्ते हिम्मत ला के पार्टी नूं जिहड़े लोग जित दिवाउणगे ते उहनां दा सारा पिछोकड़ दे के उस तों बाद साहिब सुखबीर सिंह जी बादल इत्थे हल्का इंचार्ज नियुक्त करनगे। हाले असीं जिन्ने भी सर्कल प्रधान बणे ने जां कोआर्डीनेटर बणे ने इहनां दे मुताबक ही असीं अपने हल्के नूं चलावांगे। नगर कौंसल दे जिहड़े चुणे दे उम्मीदवार ने ਉਹ ਕੌਣ ਐਲਾਨ ਕਰੂਗਾ? ਉਹ ਅਸੀਂ ਜੋ ਪਾਰਟੀ ਦੇ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਜਿਹਦੀ ਡਿਊਟੀ ਲਾਉਣਗੇ ਉਹਦੇ ਮੁਤਾਬਕ ਅਸੀਂ ਐਲਾਨ ਕਰਾਂਗੇ। ਢਾਂਚਾ ਜਿਹੜਾ ਬਣਾਇਆ ਗਿਆ ਇਹ ਡਿਲੇ ਹੋਣ ਦਾ ਕਾਰਨ ਕੀ ਹੋਇਆ? ਕੋਈ ਡਿਲੇ ਨਹੀਂ ਹੋਇਆ, ਡਿਲੇ ਤਾਂ 20 ਦਿਨ ਪਹਿਲਾਂ ਵੀ ਕਰ ਦਿੰਦੇ, ਕੋਈ ਡਿਲੇ ਨਹੀਂ ਹੈਗਾ। ਜੇ ਤਾਂ ਨਾਲੇ ਚੱਲ ਰਹੇ ਨੇ, ਕਿਸੇ ਨੇ 20 ਦਿਨ ਪਹਿਲਾਂ ਐਲਾਨ ਕੀਤਾ, ਕਿਸੇ ਨੇ ਮਹੀਨਾ ਪਹਿਲਾਂ ਐਲਾਨ ਕੀਤਾ, ਇਹ ਤੋਂ ਵੱਧ ਤਾਂ ਕੋਈ ਡਿਲੇ ਵਾਲੀ ਚੱਕਰ ਨਹੀਂ ਹੈ। ਇਹਦਾ ਡਿਲੇ ਤਾਂ ਮੇਨ ਤਾਂ ਇਹ ਸੀ ਵੀ ਚਲੋ ਅਸੀਂ ਹਲਕਾ ਇੰਚਾਰਜ ਨਾ ਹੋਣ ਕਰਕੇ ਅਤੇ ਮੈਂ ਐਲਾਨ ਕਰਤਾ ਅਤੇ ਮੈਂ ਆਪਣੇ ਸਾਬਕਾ ਪ੍ਰਧਾਨ ਜ਼ਿਲ੍ਹੇ ਦੇ ਸੀ ਸਰਵੀ ਸੀ ਸਾਲ ਨਾਲ ਜਿਹੜਾ ਇਹਨਾਂ ਨਾਲ ਲੜਿਆ ਮੇਰਾ ਤੇਰੇ ਚੁੱਕ ਚੱਕਰ ਨਹੀਂ ਹੈ। ਨਗਰ ਕੌਂਸਲ ਦੇ ਚੋਣਾਂ ਤੋਂ ਪਹਿਲਾਂ ਹੋ ਜੂਗੀ ਹਲਕਾ ਇੰਚਾਰਜ ਦਾ ਐਲਾਨ? ਨਹੀਂ, ਅੱਛਾ। ਨਗਰ ਪੰਚਾਇਤ ਦੀਆਂ ਚੋਣਾਂ ਦੇ ਵਿੱਚ ਜਿਹੜੀ ਚੰਗੀ ਕਾਰਗੁਜ਼ਾਰੀ, ਠੀਕ ਹੈ ਜੀ, ਵਧੀਆ ਵਫਾਦਾਰੀ, ਜਿਹੜੇ ਚੰਗੇ ਰਿਜ਼ਲਟ ਦੇਣਗੇ ਉਹਨਾਂ ਦੀ ਫਿਰ ਸੂਚੀ ਬਣੂਗੀ, ਉਹਨਾਂ ਵਿੱਚੋਂ ਫਿਰ ਕਿਸੇ ਨੇ ਹਲਕਾ ਇੰਚਾਰਜ ਲਾਇਆ। ਢਿੱਲੋਂ ਸਾਹਿਬ ਇੱਕ ਹਲਕਾ ਪੈਦਾ ਹੋਣ ਕਾਫੀ ਕਾਲੋਕਲੇ ਚੱਲ ਰਿਹਾ ਅਕਾਲੀ ਦਲ ਦਾ? ਕੋਈ ਕਾਲੋਕਲੇਸ਼ ਨਹੀਂ ਜੀ, ਪਰਿਵਾਰ ਦੇ ਵਿੱਚ 7 ਮੈਂਬਰ ਹੁੰਦੇ ਨੇ, 10 ਮੈਂਬਰ ਹੁੰਦੇ ਨੇ, ਉਹ ਵੀ ਸਾਰੇ ਇਕੱਠੇ ਹੀ ਰਹਿੰਦੇ ਹੁੰਦੇ। ਹਲਕਾ ਇੰਚਾਰਜ ਦੀ ਕਾਰਗੁਜ਼ਾਰੀ ਪਰ ਕੋਈ 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 ਕਿਸੇ ਕਿਸਮ ਦੀ ਕਾਲੋਕਲੇਸ਼ ਨਹੀਂ। ਅਸਲੀ ਮੁੱਦਾ ਤਾਂ ਜਿਹੜਾ ਹੈ ਅੱਜ ਕਿਸਾਨੀ ਦਾ, ਜਿਸ ਤਰੀਕੇ ਦੇ ਨਾਲ ਜਿਹੜੀ ਕਿਸਾਨਾਂ ਦਾ ਜਿਗਰਾ ਦੇਖ ਰਹੀ ਆ ਸੈਂਟਰ ਸਰਕਾਰ, ਖਾਸ ਕਰਕੇ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਵੀ ਕਿੰਨਾ ਕੁ ਵੱਡਾ ਇਹਨਾਂ 'ਚ ਜਿਗਰਾ ਹੈ। ਮੈਂ ਨਰਿੰਦਰ ਮੋਦੀ ਨੂੰ ਇਹ ਦੱਸਣਾ ਚਾਹੁੰਦਾ ਹੈ ਕਿ ਤੂੰ ਸਮਝ ਬੈਠਾ ਕਿ ਪੰਜਾਬ ਦਾ ਸੂਬਾ ਬੜਾ ਛੋਟਾ ਜਿਹਾ ਸੂਬਾ, ਇਹ ਉਹਦੀ ਬੜੀ ਵੱਡੀ ਭੁੱਲ ਹੈ। ਇਹ ਛੋਟੇ ਸੂਬੇ ਦੇ ਵਿੱਚੋਂ ਹੀ ਕਿਸਾਨਾਂ ਨੇ ਅਨਾਜ ਪੈਦਾ ਕਰਕੇ ਸਾਰੇ ਹਿੰਦੁਸਤਾਨ ਦਾ ਢਿੱਡ ਭਰਿਆ, ਜੈ ਜਵਾਨ ਜੈ ਕਿਸਾਨ ਦਾ ਨਾਰਾ ਦਿੱਤਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਨੇ, ਜਿਹੜੇ 1965 ਦੇ ਵਿੱਚ ਲਾਲ ਬਹਾਦਰ ਸ਼ਾਸਤਰੀ ਸੀ ਉਹਨਾਂ ਨੇ। ਜਵਾਨਾਂ ਦੀ ਲੋੜ ਸੀ ਸਰਹੱਦਾਂ 'ਤੇ, ਕਿਸਾਨਾਂ ਦੀ ਲੋੜ ਸੀ ਖੇਤਾਂ ਦੇ ਵਿੱਚ। ਸੋ ਛੋਟੇ ਜਿਹੇ ਸੂਬੇ ਨੇ ਅਨਾਜ ਪੈਦਾ ਕਰ ਕਰਕੇ ਸਾਰੇ ਹਿੰਦੁਸਤਾਨ ਦਾ ਅਨਾਜ ਪੂਰਾ ਕਰ। ਜੇ ਦੇਸ਼ ਦੀ ਆਜ਼ਾਦੀ ਦੀ ਗੱਲ ਕਰੀਏ ਉਹਦੇ ਵਿੱਚ ਵੀ ਸਾਡੇ ਪੰਜਾਬ ਦੇ ਸੂਬੇ ਨੇ ਸਭ ਤੋਂ ਵੱਡੀਆਂ ਕੁਰਬਾਨੀਆਂ ਦਿੱਤੀਆਂ, ਵੱਡੀਆਂ ਸ਼ਹਾਦਤਾਂ ਦਿੱਤੀਆਂ। ਸੋ ਜਿੱਥੇ ਵੀ ਕਿਤੇ ਮੱਲਾਂ ਮਾਰੀਆਂ ਨੇ ਹਿੰਦੁਸਤਾਨ ਦੇ ਵਿੱਚੋਂ, ਪੰਜਾਬ ਦੇ ਸੂਬੇ ਨੇ ਮੱਲਾਂ ਮਾਰੀਆਂ। ਸੋ ਨਰਿੰਦਰ ਮੋਦੀ ਜੀ ਇਹ ਸਮਝ ਬੈਠੇ ਕਿ ਮੈਂ ਪੰਜਾਬ ਦੇ ਕਿਸਾਨਾਂ ਨੂੰ, ਪੰਜਾਬ ਦੇ ਸਾਰੇ ਇਹਨਾਂ ਵਰਗਾਂ ਨੂੰ ਮੈਂ ਦਬਾ ਲੂੰਗਾ, ਇਹ ਉਹਦਾ ਬੜਾ ਵੱਡਾ ਭੁਲੇਖਾ ਹੈ। ਸ਼੍ਰੋਮਣੀ ਅਕਾਲੀ ਦਲ ਦੱਬ ਕੇ ਕਿਸਾਨੀ ਦੇ ਨਾਲ ਖੜਾ, ਕਿਉਂਕਿ ਸਾਡੀ ਤਾਂ ਸ਼੍ਰੋਮਣੀ ਅਕਾਲੀ ਦਲ ਦਾ ਜਨਮ ਹੀ ਕਿਸਾਨਾਂ ਦੇ ਵਿੱਚੋਂ ਹੋਇਆ। ਪਹਿਲਾਂ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਫਿਰ ਸ਼੍ਰੋਮਣੀ ਅਕਾਲੀ ਦਲ ਨੇ NDA ਛੱਡੀ, ਜਦਕਿ NDA ਤਾਂ ਬਣਾਈ ਹੀ ਸ਼੍ਰੋਮਣੀ ਅਕਾਲੀ ਦਲ ਨੇ ਸੀ, ਸਾਹਿਬ ਪ੍ਰਕਾਸ਼ ਸਿੰਘ ਬਾਦਲ ਦੇਣਾ NDA।
कांग्रेस के खिलाफ एक प्लेटफॉर्म बनाया सी ताकि कांग्रेस के नाल मुकाबला सारिया पार्टियां कट्ठियां होकर करन ते बड़ा कामयाब रहा है उस मौके जो सिर्फ प्रकाश बादल की सोच सी। सो सानू एनडीए भी छड्डना पिया जबकि एनडीए का देखा जाए असल मानिया साडा सी प्रकाश बादल ने बनाया सी। नरेंद्र मोदी तो उस मौके सियासत आई नहीं सी। हुण जो प्रकाश बादल दे कोल जो उन्होंने मैडल दिता सी वो भी देता ये चीज़ पद्म भूषण जो मैडल वापस किया ये चीज़ा एनडीए छड्डी अस्तीफे दिते सारे हिंदुस्तान दे विच दी आवाज़ गई है हिंदुस्तान च आवाज़ गई है जिहड़े हिंदुस्तान दे वख वख सूबियां दे जिहड़े बीजेपी दे एनडीए दे उल्ट चीफ मिनिस्टर ने उन्होंने फोन करके बादल साहब नूं बधाईआं दित्तीआं। पिछले दिन ना एक खबर चली सी जी कल भी खबर आ रही थी कि श्रोमणी अकाली दल अगवाई करके बाकी सूबियां दे लीडरां नाल लै के एक किसानां सर्कल गठबंधन बनाउण जा रहा कि उस टाई असीं किसानां दा प्रैशर बिल्ड करन वास्ते ताकि किसान दब के कामयाब होण असीं हारा सारा ही हिला वसीला वरतांगे। अगर एक सारे हिंदुस्तान दे विचों लोग चाहते ने कि एक किसानी का मसला हल होना चाहिए। अगर सियासी आगुआ दे करके अज नौबत खड़ी हुई है तो कि सियासी आगू इस गलों कवर कर सकेंगे आगुआ करके नहीं नौबत खड़ी हुई ठीक है उन्होंने गल कही भी असी यह गैर सियासी प्लेटफॉर्म रखे वो गैर सियासी प्लेटफॉर्म के असी आप नहीं जाते लेकिन असी अपने जिन्हें वर्कर ने दब के भेज रहे हैं जो असी कर सकते हैं वो कर रहे हैं। श्रोमणी गुरद्वारा प्रबंधक कमेटी दिल्ली गुरद्वारा प्रबंधक कमेटी दब के अपन सेवावान दे रही है असी किसी भावनावान हेठ नहीं पहुँचा चाहते किसी भावनावान उत्ते सट नहीं मारनी चाहते असी किसानी का अस तो साफ गल उन्होंने कही है किसानों के लीडर कि तुम मूहरे चलो असी थोड़े मगर हैं लेकिन जे असी यह जे प्रैशर बिल्ट ना करिए मतलब असी कोई जो सेंटर सरकार चाहती है उन्होंने इच्छा पूरी करिए असी तो जो भी सेंटर सरकार जिहड़े चीज़ के ना कमजोर होंगी है असी वो कम करा लाजमी ताकि किसानी दंगा ये छेती मनिया जा हालात किए पे ने कोई बेचारी उत्थे 100 साल की माई बैठी है कोई बेचारा 80-90 साल का बुजुर्ग बैठा है कोई बच्चे बैठे ने सो असी उहदे वास्ते जो भी असी कर सकते हो असी करांगे। कि मोदी सरकार वालों जिहड़े ये बिल आंदे गए ने किसानों के खिलाफ खासकर पंजाब के किसानों के खिलाफ इहनू लियाउण वास्ते अकाली दल की भूमिका रही है मोदी अगे लाउण वास्ते कि अकाली दल महसूस करता भी सानूं गलती हुई है मोदी अगे लै के बिल्कुल जी हुई साडी कोई भूमिका नहीं रही। श्रोमणी अकाली दल ने जिस मौके पहली बारी ऑर्डीनेंस आए ये उस मौके हरसिमरत बादल ने कहा भी सानू पहला दिखाना चाहिए सी मौके पर किसी को तुसी चीज़ पढ़ने का मौका भी नहीं मिलता जिवें इत्थे विधानसभा के भी सानू जिहड़ा बिल मता जांदा सानू पढ़ने का मौका भी नहीं मिलिया। सो असी उस तों बाद गल कीती कि तुसी इहदे बारे सोचो किसान आ गल कहिंदे ने जिन्होंने डीपली पढ़िया किसान आ गल कहिंदे ने सानू इन्हां ने महीना 2 महीने 3 महीने दब के लारे लाए कि असी तो चिंता ना करो तुसी परे ना जायो असी तुहाडा मसला हल करांगे। असी कहा भी चलो एनडीए साडा बनाया होया असी इन्हां दी वेट करिए असी वेट भी की लेकिन इन्होंने कोई साडा किसी के हल नहीं कढ़िया जो हल ना कढ़िया असी की लैणा भी अजी सरकार तो जो साडा सुनने एनडीए बनाया होवे साडा तो साडियों ना सुन असी चक के वजीरी भी छड्डी एनडीए भी छड्डिया कितना कितने किसानी मुद्दों नज़रदार करने वास्ते अकाली दल भी जिम्मेवार रहा कहा जा सकता क्योंकि कोई अकाली दल जिम्मेवार नहीं रहा। श्रोमणी अकाली दल ने तो दब के जे देखा जाए किसानी की खातर असी थोड़े नहीं घोल लड़े अजे अज देखा जाए अज बिजली के बिल देने कोई सौखे नहीं पे जे बिल माफ़ किए ने वह भी श्रोमणी अकाली दल की सरकार ने माफ़ किए ने इतों तक असी तक किसानों का जमीन का मारिया भी माफ़ करता। नहीं ढिल्लों साहब ये गल आई है कि हूँ तक जिन्हें खेती मंत्री बनाए गए हैं वो वैल एजुकेटेड नहीं सन अकाली दल वालों जिन्हें बनाए गए हैं ये बार की कहना चाहते जो खेती मंत्री बनाए गए पंजाब के स्टेट सूबे के वो सारे वैल एजुकेटेड नहीं सन क्यों नहीं एजुकेटेड सी दसो फिर नाम लवो
ਆਪਣੇ ਤੁਸੀਂ ਲਾਓ ਗੁਰਦੇਵ ਸਿੰਘ ਬਾਦਲ ਸਾਹਿਬ ਤੋਤਾ ਸਿੰਘ ਸੀ ਗੁਰਦੇਵ ਸਿੰਘ ਬਾਦਲ ਸਿੰਘ ਕਿੰਨਾ ਪੜ੍ਹਿਆ ਲਿਖਿਆ ਬੰਦਾ ਦੇਖੋ ਜਿਹੜੀਆਂ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਹੁੰਦੀਆਂ ਨੇ ਪੁਰਾਣੇ ਜ਼ਮਾਨੇ ਦੇ ਵਿੱਚ ਤਾਂ ਕਈ ਵਾਰੀ ਲਕਸ਼ਮੀ ਸਿੰਘ ਗਿੱਲ ਚੀਫ ਮਿਨਿਸਟਰ ਰਿਹਾ ਉਹ ਬੜਾ ਵਧੀਆ ਚੀਫ ਮਿਨਿਸਟਰ ਰਿਹਾ ਉਹ ਇੰਨਾ ਜ਼ਿਆਦਾ ਨਹੀਂ ਸੀ ਪੜ੍ਹਿਆ ਲਿਖਿਆ ਇਹ ਤਾਂ ਗੱਲਾਂ ਜਿਹੜੇ ਹੁੰਦੀਆਂ ਨੇ ਪੜ੍ਹਾਈ ਨਹੀਂ ਇਹਦੇ ਵਿੱਚ ਕੋਈ ਲੇਖਾ ਚੋਖਾ ਕਰਦੀ ਸੰਘਰਸ਼ੀ ਕਿਸਾਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹਾਂ ਅਸੀਂ ਸੰਘਰਸ਼ੀ ਕਿਸਾਨਾਂ 'ਤੇ ਕੋਈ ਮੈਸੇਜ ਦੇਣਾ ਚਾਹੁੰਦੇ ਹਾਂ ਕਿ ਤੁਹਾਡੇ ਨਾਲ ਦੱਬ ਕੇ ਪਿੱਠ 'ਤੇ ਖੜ੍ਹੇ ਹਾਂ ਅਸੀਂ ਇੱਥੇ ਕੋਈ ਸਿਆਸਤ ਨਹੀਂ ਕਰਨੀ ਦੱਬ ਕੇ ਪਿੱਠ 'ਤੇ ਖੜ੍ਹੇ ਹਾਂ ਤਕੜੇ ਰਹੋ ਅਸੀਂ ਜੋ ਵੀ ਆਪਣੇ ਪੰਜਾਬ ਦੇ ਵਿੱਚੋਂ ਆਪਣੇ ਹਲਕਿਆਂ 'ਚੋਂ ਬੰਦੇ ਸਾਡੇ ਰੋਜ਼ਾਨਾ ਜਾ ਰਹੇ ਨੇ ਇਹਨਾਂ ਦੀ ਖਾਤਰ ਜੋ ਕੁਛ ਵੀ ਅਸੀਂ ਕਰ ਸਕਦੇ ਹੋਏ ਦੱਬ ਕੇ ਕਰਾਂਗੇ ਤਾਂ ਕਿ ਇਸ ਮੋਦੀ ਸਰਕਾਰ ਦਾ ਜਿਹੜਾ ਹੰਕਾਰ ਹੈ ਹੰਕਾਰ ਨੂੰ ਖਤਮ ਕਰਨ ਵਾਸਤੇ ਥੈਂਕ ਯੂ।